ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਸਵਾਗਤ ਆ ਤੁਹਾਡਾ ਸਾਡੇ ਚੈਨਲ 'ਤੇ, ਸਾਡੇ ਪੇਜ 'ਤੇ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅਤੇ ਲਓ ਦੋਸਤੋ, ਵੀ ਹਾਜ਼ਰ ਸੀਗੀ ਆ ਫਿਰ ਤੁਹਾਡੇ ਵਾਸਤੇ ਇੱਕ ਹੋਰ ਨਿੱਕੀ ਜੀ ਵੀਡੀਓ, ਅਤੇ ਥੋੜ੍ਹੀ ਬਹੁਤ ਜਾਣਕਾਰੀ ਆਪਾਂ ਜਿਹੜੀ ਦਿੰਦੇ ਰਹਿੰਦੇ ਹਾਂ ਉਹ ਲੈ ਕੇ ਹਾਜ਼ਰ ਹੋਏ ਹਾਂ। ਅਤੇ ਅੱਜ ਗੱਲ ਦੋਸਤੋ ਕਰਨ ਵਾਲੀ ਆ, ਗੱਲ ਜਿਹੜੀ ਪਿੱਛੇ ਮੁੜ ਰਹੀ ਆ ਨਿਊਜ਼ ਦੇ ਪੇਪਰ ਨਿਕਲਣੇ, ਕਿੰਨੀ ਤਰੀਕ ਨੂੰ ਸਟਾਰਟ ਹੋ ਰਹੇ ਆ, ਅਤੇ ਟਾਈਮਿੰਗ ਦਾ ਕੀ ਹਿਸਾਬ ਕਿਤਾਬ ਆ। ਅਤੇ ਬਾਕੀ ਨਾਲ ਹੀ ਗੱਲ ਕਰਾਂਗੇ ਆਪਾਂ, ਜਿਹੜੇ ਆਪਣਾ ਰਿਜ਼ਲਟ ਆ ਰਿਹਾ ਆਪਣੇ ਵੀਜ਼ਾ ਸਰਵਿਸ ਦਾ ਉਹਦੀ ਗੱਲ ਕਰਾਂਗੇ। ਅਤੇ ਵੀਡੀਓ ਦੇ ਜਾਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਵਾਲੇ ਬਟਨ ਨੂੰ ਆਲ 'ਤੇ ਕਰ ਲਿਓ ਕਲਿੱਕ, ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਅਤੇ ਦੋਸਤੋ ਗੱਲ ਕਰਦੇ ਹਾਂ, ਪਹਿਲੀ ਗੱਲ ਕਰਦੇ ਹਾਂ, ਵਿਖਾ ਰਹੇ ਹਾਂ ਅੰਬੈਸੀ ਜਿਹੜੇ ਵੀਜ਼ੇ ਦੇ ਰਹੀ ਹੈ, ਸਕਰੀਨ 'ਤੇ ਵੀਜ਼ਾ ਚੱਲ ਰਿਹਾ ਅੰਬੈਸੀ ਦੇ ਵੱਲੋਂ ਜਿਹੜਾ ਨਵਾਂ ਜਾਰੀ ਕੀਤਾ ਵੀਜ਼ਾ, ਸਕਰੀਨ 'ਤੇ ਤੁਸੀਂ ਵੇਖ ਰਹੇ ਹੋ। ਅਤੇ ਉਸ ਤੋਂ ਬਾਅਦ ਨਾਲ ਹੀ ਗੱਲ ਕਰਦੇ ਹਾਂ ਇਸ ਵੀਜ਼ੇ ਦੀ ਡਿਟੇਲ ਅਤੇ ਆਪਣੇ ਕੰਮਾਂ ਦੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਬਈ, ਇਹ ਵੀਜ਼ਾ ਸਬਮਿਟ ਹੋਇਆ ਸੀਗਾ 27 ਅਕਤੂਬਰ ਦਾ ਫਾਈਲ ਸਬਮਿਟ ਸੀਗੀ, ਵੀਜ਼ਾ ਅੜਿਆ ਹੋਇਆ ਸੀਗਾ, ਫਸਿਆ ਹੋਇਆ ਸੀਗਾ। ਅਤੇ ਇਹ ਵੀਜ਼ਾ 15 ਤਰੀਕ ਪਿਛਲੇ ਹਫ਼ਤੇ ਫਾਈਲ ਲਗਾਈ ਸੀਗੀ ਅਤੇ 15 ਤਰੀਕ ਨੂੰ ਇਹ ਵੀਜ਼ਾ ਆ ਗਿਆ। ਅਤੇ ਇਸੇ ਨਾਲ ਹੀ ਗੱਲ ਕਰਦੇ ਹਾਂ ਦੋਸਤੋ, ਵੀ ਜਿਹੜੇ 27 ਅਪ੍ਰੈਲ ਨੂੰ ਖੁੱਲ੍ਹਣ ਵਾਲੇ ਪੇਪਰ ਜਿਹੜੇ ਨਿਕਲਣ ਵਾਲਿਆਂ ਦੀ ਵੀਡੀਓ ਚੱਲ ਰਹੀਆਂ, ਖਬਰਾਂ ਉੱਡ ਰਹੀਆਂ ਵੀ 27 ਅਪ੍ਰੈਲ ਨੂੰ, 27 ਅਪ੍ਰੈਲ ਨੂੰ ਦੋਸਤੋ ਕਿਸੇ ਦੇ ਪੇਪਰ ਐਵੇਂ ਕਹਿ ਕੇ ਕੋਈ ਖਬਰ ਨਹੀਂ ਗੀ, ਇਹ ਖਬਰ ਸਾਰੀ ਫੇਕ ਆ ਵੀ 27 ਅਪ੍ਰੈਲ ਨੂੰ ਨਿਕਲ ਜਾਣੇ ਪੇਪਰ। ਨਹੀਂ, ਇਹ ਦੋਸਤੋ ਇਹ ਗੌਰਮੈਂਟ ਦਾ ਹੁਣ ਕੰਮ ਰਹਿ ਗਿਆ, ਉਹਨਾਂ ਨੇ ਫਾਈਲਾਂ ਜਮ੍ਹਾਂ ਕਰਾ ਕੇ ਰੱਖ ਲਈਆਂ, ਫਾਈਲਾਂ ਸਬਮਿਟ ਹੋ ਗਈਆਂ, ਸਾਰਾ ਕੁਝ ਹੋ ਗਿਆ। ਉਹ ਗੌਰਮੈਂਟ ਨੇ ਵੇਖਣਾ ਵੀ ਕਿਹਦੇ ਪੇਪਰ ਕਿਹਨੂੰ ਕਿੰਨੇ ਚਾਹੀਦੇ ਆ, ਕਿਹੜੇ ਮਹਿਕਮੇ ਨੂੰ ਕਿਹੜੇ ਕਿਹਦੀ ਪਹਿਲਾਂ ਮੰਗ ਆ, ਉਸ ਹਿਸਾਬ ਨਾਲ ਪੇਪਰ ਕੱਢਣੇ ਇਹਨਾਂ ਨੇ ਕੱਢਣ ਲੱਗਣਗੇ। ਕੋਈ 27 ਅਪ੍ਰੈਲ ਦਾ ਟਾਈਮ ਨਹੀਂ ਗਾ, ਹੋ ਸਕਦਾ ਕੱਲ੍ਹ ਨੂੰ ਕਿਸੇ ਦਾ ਨੂੰ ਲਾਸਟ ਨਿਕਲਿਆ, ਹੋ ਸਕਦਾ ਮਹੀਨੇ ਬਾਅਦ ਸ਼ੁਰੂ ਕਰ ਦੇਣ, ਅਤੇ ਇਹ ਡਿਪੈਂਡ ਕਰਦਾ ਗੌਰਮੈਂਟ 'ਤੇ। ਅਤੇ ਗੌਰਮੈਂਟ 'ਤੇ ਇਹ ਤੁਹਾਨੂੰ ਪਤਾ ਸੀਕ੍ਰੇਟ ਹੁੰਦਾ, ਇਹ ਤਾਂ ਕਿਸੇ ਨੂੰ ਸੀਕ੍ਰੇਟ ਕਿਸੇ ਨੂੰ ਨਹੀਂ ਪਤਾ। ਸੋ ਇਹਨਾਂ ਅਫਵਾਹਾਂ ਤੋਂ ਬਚਿਆ ਕਰੋ, ਬਸ ਵੇਟ ਕਰੋ ਜਿਹੜੇ ਮੇਰੇ ਵੀਰ ਦਾ ਪੇਪਰ ਭਰੇ ਆ। ਅਤੇ ਅੱਗੇ ਗੱਲ ਕਰਦੇ ਹਾਂ ਟਾਈਮਿੰਗ ਦੀ। ਟਾਈਮਿੰਗ ਕਈ ਮੇਰੇ ਵੀਰ ਪੁੱਛ ਰਹੇ ਸੀਗੇ, ਕਈ ਨਹੀਂ ਬਹੁਤ ਜ਼ਿਆਦਾ ਮੇਰੇ ਵੀਰ ਪੁੱਛ ਰਹੇ ਸੀ ਵੀ ਟਾਈਮਿੰਗ, ਬਈ ਜੇ ਕਿਸੇ ਦਾ 9:01 ਦਾ ਟਾਈਮ ਆ ਅਤੇ ਇੱਕ ਹੋਰ ਬੰਦੇ ਦਾ 9:02 ਦਾ ਟਾਈਮ ਆ, ਠੀਕ ਆ, ਬਈ ਜੇ 9:02 ਵਾਲੇ ਦੇ ਪੇਪਰ ਪਹਿਲਾਂ ਨੂਲਾ ਉਸ ਤੋਂ ਨਿਕਲਿਆ ਹੁੰਦਾ, ਅਤੇ ਕੀ ਨੂਲਾ ਉਸ ਇੱਕ 9:01 ਵਾਲੇ ਦੇ ਪੇਪਰ ਕੈਂਸਲ ਹੋ ਜਾਣਗੇ ਜਾਂ ਨਿਕਲਣੇ ਨਹੀਂਗੇ? ਆ ਇੱਦਾਂ ਨਹੀਂ ਹੋਣਾ ਦੋਸਤੋ, ਬਈ ਜੇ ਇਹ ਸਾਰਾ ਟਾਈਮਿੰਗ ਸਾਰੀ ਜਿਹੜਾ ਇਮੀਗ੍ਰੇਸ਼ਨ ਜਿਹੜੀ ਖੁੱਲ੍ਹੀ ਸੀਗੀ ਫਲੂਸ ਸੀ ਉਹਦਾ ਟਾਈਮਿੰਗ ਆ, ਇਹ ਅਲੱਗ ਅਲੱਗ ਸਟੇਟਾਂ ਦੇ ਹਿਸਾਬ ਨਾਲ, ਅਲੱਗ ਅਲੱਗ ਸਿਟੀਆਂ ਦੇ ਹਿਸਾਬ ਨਾਲ ਟਾਈਮਿੰਗ ਨਹੀਂ ਹੁੰਦਾ, ਇਹ ਸਾਰੀ ਇਮੀਗ੍ਰੇਸ਼ਨ ਦਾ ਟਾਈਮਿੰਗ ਆ ਫਲੂਸੀ ਦਾ, ਵੀ ਕਿਹੜੇ ਟਾਈਮ 'ਤੇ ਕਿਹਦੇ ਪੇਪਰ ਫੈਲ ਹੋਏ ਆ। ਹੋ ਸਕਦਾ ਜੀ ਇਹ 9:02 ਵਾਲਾ ਟਾਈਮ ਆ ਉਹ ਉੱਥੇ ਬੰਦੇ ਪਹਿਲਾਂ ਉਹਨਾਂ ਨੂੰ ਲੋਡ ਹੋਵੇ ਜਾਂ ਕਿਵੇਂ ਵੀ ਹੈ ਡਿਪਾਰਟਮੈਂਟ ਨੂੰ, ਉਹਨਾਂ ਨੇ ਪਹਿਲਾਂ ਮੰਗ ਲਏ ਕਰਦੇ ਆ। ਇੱਦਾਂ ਨਹੀਂ ਵੀ 9:01 ਵਾਲੇ ਨਿਕਲਣੇ ਨਹੀਂ ਨਿਕਲਣਗੇ, ਇਹ ਅਫਵਾਹਾਂ 'ਚ ਨਾ ਆਇਓ ਕਿਸੇ ਦੀਆਂ, ਬਾਕੀ ਡਿਪੈਂਡ ਕਰਦਾ ਉੱਪਰ ਵਾਲੇ ਦੀ ਮਿਹਰ ਹੋਜੇ ਤਾਂ ਸਾਰਿਆਂ ਨੇ ਨਿਕਲਿਆ ਹੁਣ। ਅਤੇ ਬਾਕੀ ਆਹ ਤੁਸੀਂ ਵੇਖ ਰਹੇ ਹੋ ਸਕਰੀਨ 'ਤੇ ਦੋਸਤੋ, 15 ਮਾਰਚ ਦਾ ਵੀਜ਼ਾ ਰਿਲੀਜ਼ ਹੋਇਆ, ਜਿਹੜਾ ਇਹ ਜਿਹੜਾ ਤੁਹਾਨੂੰ ਆਪਾਂ ਦੱਸਿਆ ਸੀ ਜਿਹੜੀ ਆਪਣੀ ਸਰਵਿਸ ਦਾ ਉਹ ਤਾਂ ਰਿਜ਼ਲਟ ਆ, ਬਾਕੀ ਜਿਹੜੇ ਰਿਜ਼ਲਟ ਸੀਗੇ ਨਹੀਂ ਦੋਸਤ ਮੇਰੇ, ਕਈ ਸ਼ੋ ਕਰ ਦਿੰਦੇ ਆਪਣਾ ਪਾਸਪੋਰਟ ਆਪਣਾ ਵੀਜ਼ਾ ਨਹੀਂ ਕਰ ਦਿੰਦੇ, ਸੋ ਇੱਕ ਮੈਂ ਤੁਹਾਨੂੰ ਇਹ ਰਿਜ਼ਲਟ ਵਿਖਾ ਰਿਹਾ, ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਕਿਤੇ ਕਿਤੇ ਆਏ ਸੀਗੇ। ਸੋ ਨੰਬਰ ਤੁਹਾਡੀ ਸਕਰੀਨ 'ਤੇ ਚੱਲ ਰਿਹਾ, ਉਹਦੇ ਰੇ ਜਾਣਕਾਰੀ ਲਈ ਤੁਸੀਂ ਮੈਸੇਜ ਕਰ ਸਕਦੇ ਹੋ ਦੋਸਤੋ, ਇਹ ਨੰਬਰ 'ਤੇ ਵਟਸਅਪ 'ਤੇ ਮੈਸੇਜ ਕਰਿਓ, ਕਾਲ ਨਾ ਕਰਿਆ ਕਰੋ ਮੇਰੇ ਵੀਰ, ਨਾ ਹੀ ਡਾਇਰੈਕਟ ਕਾਲ, ਜੇ ਇਟਲੀ ਤੋਂ ਵੀ ਕੋਈ ਮੇਰੇ ਵੀਰ ਕਾਲ ਕਰਦੇ ਆ ਡਾਇਰੈਕਟ ਕਾਲ ਕੋਈ ਨਾ ਕਰੇ, ਵਟਸਅਪ 'ਤੇ ਪਹਿਲਾਂ ਮੈਸੇਜ ਵੋਇਸ ਮੈਸੇਜ ਕਰ ਦਿਓ ਜਾਂ ਟੈਕਸਟ ਮੈਸੇਜ ਕਰ ਦਿਓ, ਅਤੇ ਕਿਉਂਕਿ ਜਿਹੜੀ ਵਟਸਅਪ 'ਤੇ ਵੀ ਤੁਸੀਂ ਜੇ ਕਾਲ ਕਰਦੇ ਆ ਮੈਂ ਕੰਮ 'ਤੇ ਹੁੰਦਾ ਤੁਹਾਡਾ ਜਵਾਬ ਨਹੀਂ ਦਿੱਤਾ ਜਾਂਦਾ ਹੈਗਾ, ਅਤੇ ਇਸ ਕਰਕੇ ਮੈਂ ਰਿਕੁਐਸਟ ਇਹ ਆ ਵੀ ਵੋਇਸ ਮੈਸੇਜ ਅਤੇ ਜਾਂ ਟੈਕਸਟ ਮੈਸੇਜ ਮੈਨੂੰ ਛੱਡ ਦਿਆ ਕਰੋ, ਮੈਂ
ਕਾਲ ਤੁਹਾਨੂੰ ਖੁਦ ਕਰ ਲਿਆ ਕਰੂੰਗਾ ਇਹਨਾਂ ਕੰਮਾਂ ਸੰਬੰਧੀ, ਵੀ ਜਿਹਦੀ ਅਪੁਆਇੰਟਮੈਂਟ ਆਪਾਂ ਬੰਨਣੀ ਆ ਕਿਸ ਬੇਸ 'ਤੇ ਜਾਂ ਕਿਵੇਂ ਵੀ ਆ, ਉਹਦੇ ਕੰਮ ਦੀ ਗੱਲ। ਅਤੇ ਬਾਕੀ ਏਜੰਟਾਂ ਦੇ ਕਾਰਨਾਮੇ ਮੈਂ ਦੋਸਤੋਂ ਵਿਖਾ ਰਿਹਾ, ਵੀ ਏਜੰਟਾਂ ਦੇ ਕਾਰਨਾਮੇ ਇਹ ਆ। ਅੱਜ ਹੀ ਮੈਨੂੰ ਇੱਕ ਮੇਰੇ ਵੀਰ ਦਾ ਫੋਨ ਆਇਆ ਸੀਗਾ, ਉਹਦੇ ਨਾਲ ਗੱਲ ਹੋਈ, ਜਿਹੜੇ ਤੁਸੀਂ ਇੰਡੀਆ ਤੋਂ ਫਾਈਲਾਂ ਏਜੰਟਾਂ ਨੇ ਲਵਾਈਆਂ ਹੋਈਆਂ, ਥੋੜ੍ਹਾ ਜਿਹਾ ਧਿਆਨ ਨਾਲ ਇਹ ਗੱਲ ਸੁਣਨ ਵਾਲੀ ਹੈ ਤੁਹਾਡੇ, ਵੀ ਜੇ ਤੁਸੀਂ ਏਜੰਟਾਂ ਦੇ ਰਾਹੀਂ ਆਪਣੀਆਂ ਫਾਈਲਾਂ ਸਬਮਿਟ ਕੀਤੀਆਂ ਹੋਈਆਂ ਅੰਬੈਸੀ 'ਚ, ਉਹ ਮੇਰੇ ਵੀਰ ਨਾ ਥੋੜ੍ਹੇ ਜਿਹੇ ਚੁਕੰਨੇ ਆਪ ਖਿਆਲ ਰੱਖਿਆ ਕਰੋ, ਕਿਉਂਕਿ ਏਜੰਟਾਂ ਨੇ ਤੁਹਾਡੇ ਨਾਲ ਫੀਸ ਤੈਅ ਕੀਤੀ ਹੋਣੀ ਹੈ ਵੀ ਇੰਨੀ ਫੀਸ 'ਚ ਕੰਮ ਹੋ ਜੂਗਾ, ਠੀਕ ਹੈ, ਉਹ ਤਾਂ ਠੀਕ ਹੈ, ਦੇਣੀ ਦੇਣੀ ਹੈ ਤੁਸੀਂ। ਅਤੇ ਦੂਜੇ ਨੰਬਰ ਦੀ ਗੱਲ, ਜਦੋਂ ਵੀ ਰਸੀਦ ਤੁਹਾਡੀ ਏਜੰਟ ਕੋਲ ਹੁੰਦੀ ਹੈ, ਜਦੋਂ ਵੀ ਜਾਰੀ ਹੁੰਦਾ ਵੀਜ਼ਾ ਅੰਬੈਸੀ ਦੇ ਵਿੱਚੋਂ, ਤੁਸੀਂ ਥੋੜ੍ਹਾ ਜਿਹਾ ਲੇਟ ਹੋ ਸਕਦੇ ਹੋ, ਪਰ ਏਜੰਟ ਲੇਟ ਨਹੀਂ ਹੁੰਦਾ ਗਾ, ਉਹ ਡੇਲੀ ਡੇਲੀ ਚੈੱਕ ਕਰਦੇ ਰਹਿੰਦੇ ਆ ਵੀ ਕਿਸੇ ਦਾ ਵੀਜ਼ਾ ਪਹਿਲਾਂ ਆ ਗਿਆ ਉੱਥੋਂ, ਡਿਸਪੈਚ ਹੋ ਗਿਆ ਜਾਂ ਕਿਵੇਂ ਵੀ ਆ, ਉਸ ਹਿਸਾਬ ਨਾਲ ਤੁਸੀਂ ਜੇ ਨਹੀਂ ਵੇਖਿਆ ਤਾਂ ਏਜੰਟ ਤੁਹਾਡਾ ਸਟੇਟਸ ਪਾਸਪੋਰਟ ਦਾ ਦੇਖ ਕੇ ਤੁਹਾਨੂੰ ਕਾਲ ਕਰ ਸਕਦਾ ਕਿਸੇ ਟਾਈਮ ਵੀ ਅਸੀਂ ਤੁਹਾਡਾ ਵੀਜ਼ਾ ਇੱਕ ਦਿਨ 'ਚ ਕਢਵਾ ਦਿੰਦੇ ਹਾਂ, ਅਤੇ ਫੀਸ ਥੋੜ੍ਹੀ ਜ਼ਿਆਦਾ ਲੱਗੂਗੀ, ਇਸ ਗੱਲਾਂ ਤੋਂ ਬਚਿਓ। ਕਿਉਂਕਿ ਇੱਕ ਮੇਰੇ ਵੀਰ ਅੱਜ ਹੀ, ਜੇ ਮੈਂ ਦੱਸ ਕੇ ਰਿਹਾ ਵੀ ਵੀਰ ਦੇ ਨਾਲ ਗੱਲ ਹੋਈ ਹੈ, ਉਹਨੇ ਇਸੇ ਤਰ੍ਹਾਂ ਹੀ, ਉਹਨੂੰ ਏਜੰਟ ਨੇ ਜਿਹਦੇ ਨਾਲ ਫਾਈਲ ਲਵਾਈ ਸੀਗੀ ਉਹਨੂੰ ਫੋਨ ਆਇਆ ਏਜੰਟ ਦਾ ਵੀ ਤੇਰਾ ਵੀਜ਼ਾ ਇੱਕ ਦਿਨ 'ਚ ਨਿਕਲ ਆਊਗਾ ਅਤੇ ਇੰਨੇ ਪੈਸੇ ਲੱਗਣਗੇ ਹੋਰ। ਅਤੇ ਉਹ ਵੀਰ ਸੀਗਾ ਤੇਜ਼ ਥੋੜ੍ਹਾ ਜਿਹਾ, ਉਹਨੇ ਉਸੇ ਟਾਈਮ ਹੀ ਆਪਦਾ ਸਟੇਟਸ ਚੈੱਕ ਕੀਤਾ ਪਾਸਪੋਰਟ ਦਾ, ਅਤੇ ਪਾਸਪੋਰਟ ਡਿਸਪੈਚ ਹੋ ਚੁੱਕਾ ਸੀਗਾ, ਅਤੇ ਉਹਨੇ ਫਿਰ ਏਜੰਟ ਨਾਲ ਸਿੱਧੀ ਗੱਲ ਕੀਤੀ ਠੋਕ ਕੇ, ਵੀ ਵੀਰ ਮੇਰਿਆ ਵੀ ਮੇਰਾ ਪਾਸਪੋਰਟ ਤਾਂ ਡਿਸਪੈਚ ਹੋ ਚੁੱਕਾ ਅਤੇ ਤੂੰ ਮੈਨੂੰ ਐਂ ਕਹੀ ਹੈ ਨਾ, ਸੋ ਇਸ ਕਰਕੇ ਤੁਸੀਂ ਖੁਦ ਵੀ ਆਪ ਵੀ ਥੋੜ੍ਹਾ ਜਿਹਾ ਚੈੱਕ ਕਰਕੇ, ਮੇਰੇ ਵੀਰ ਹੁਸ਼ਿਆਰ ਰਹੀਦਾ ਹੁੰਦਾ ਇਹਨਾਂ ਕੰਮਾਂ 'ਚ, ਏਜੰਟਾਂ ਤੋਂ ਜਿਨ੍ਹਾਂ ਇੰਡੀਆ ਵਾਲੇ ਏਜੰਟ ਤੋਂ ਫਾਈਲਾਂ ਜਮ੍ਹਾਂ ਕਰਾਈਆਂ ਥੋੜ੍ਹਾ ਜਿਹਾ ਵੇਖ ਕੇ, ਕਿਉਂਕਿ ਉਹ ਤਾਂ ਭਾਲਦੇ ਹੀ ਆ ਵੀ ਹੋਰ ਚਾਰ ਪੈਸੇ ਬਣਨ, ਠੀਕ ਹੈ ਨਾ। ਅਤੇ ਬਾਕੀ ਦੋਸਤੋ ਇੰਨੀ ਕੁ ਸੀਗੀ ਅੱਜ ਦੀ ਵੀਡੀਓ, ਅਤੇ ਇੰਨੀ ਕੁ ਸੀਗੀ ਗੱਲਬਾਤ, ਅਤੇ ਹੁਣ ਵੇਟ ਕਰਦੇ ਹਾਂ ਵੀ ਕਦੋਂ ਕੀ ਦਾ ਨੂਲਾ ਉਸਤਾ ਪਹਿਲਾਂ ਨਿਕਲਦਾ, ਉਹਦੀ ਵੇਟ ਕਰਦੇ ਹਾਂ। ਕੋਈ ਸਰਕਾਰ ਨੇ ਕੋਈ ਤਰੀਕ ਨਹੀਂ ਜਾਰੀ ਕੀਤੀ ਵੀ ਕਿਹਦੇ ਪੇਪਰ ਕਿਹਦਾ ਨੂਲਾ ਉਸਤਾ ਪਹਿਲਾਂ ਨਿਕਲਣਾ ਜਾਂ ਕਦੋਂ ਨਿਕਲਣਾ ਸ਼ੁਰੂ ਕਰਨੇ ਆ, ਇਹ ਗੱਲਾਂ 'ਚ ਨਾ ਆਇਓ ਕਿਸੇ ਦੀਆਂ 'ਚ ਵੀ। ਬਾਕੀ ਮੇਰੀ ਰਿਕੁਐਸਟ ਹੀ ਆ ਵੀ ਮੇਰੇ ਜਿਹੜਾ ਵਟਸਐਪ ਨੰਬਰ ਤੁਹਾਨੂੰ ਮੈਂ ਦਿੱਤਾ ਵਿਆ, ਜਿਹੜਾ ਆਪਣਾ ਸਰਵਿਸ ਵਾ, ਉਹ 'ਤੇ ਕਾਲ ਡਾਇਰੈਕਟ ਨਾ ਕਰਿਆ ਕਰੋ ਮੇਰੇ ਵੀਰ, ਕਿਉਂਕਿ ਜੇ ਉਹ ਡਾਇਰੈਕਟ ਕਾਲ ਕਰਦੇ ਆ ਮੈਂ ਕੰਮ 'ਤੇ ਹੁੰਦਾ, ਅਤੇ ਤੁਸੀਂ ਵੋਇਸ ਮੈਸੇਜ ਛੱਡ ਦਿਆ ਕਰੋ ਜਾਂ ਕੋਈ ਟੈਕਸਟ ਮੈਸੇਜ ਛੱਡ ਦਿਆ ਕਰੋ, ਅਤੇ ਮੈਂ ਜਦੋਂ ਵੀ ਟਾਈਮ ਲੱਗੂਗਾ ਮੈਂ ਕਾਲ ਕਰ ਲਿਆ ਕਰੂੰਗਾ। ਅਤੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਗੱਲਬਾਤ ਦੇ ਨਾਲ, ਅਤੇ ਤਦ ਤੱਕ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।